ਪੰਜਾਬ ਕੈਬਨਿਟ ਦੀ ਅੱਜ ਹੋਵੇਗੀ ਅਹਿਮ ਬੈਠਕ। ਆਗਾਮੀ ਬਜਟ, ਕਿਸਾਨੀ ਮਸਲੇ ਤੇ ਮਾਈਨਿੰਗ ਮਸਲੇ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਲਏ ਜਾ ਸਕਦੇ ਨੇ ਕਈ ਅਹਿਮ ਫੈਸਲੇ। ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ ਮਾਫ਼ੀ ਲਈ ਬਣਾਈ ਗਈ 3 ਮੈਂਬਰੀ ਕਮੇਟੀ ਅਗਲੇ 8 ਦਿਨਾਂ ਵਿੱਚ ਸੌਂਪ ਸਕਦੀ ਹੈ ਮੁੱਢਲੀ ਰਿਪੋਰਟ। ਕਮੇਟੀ ਮੁਖੀ ਟੀ ਹਾਕ ਮੁਤਾਬਕ ਕਿਸਾਨਾਂ ਦੀ ਕਰਜ਼ ਮਾਫ਼ੀ ਨੂੰ ਲੈ ਕੇ ਅਗਲੇ 8 ਦਿਨਾਂ ਵਿੱਚ ਕੀਤਾ ਜਾਵੇਗਾ ਪੰਜਾਬ ਦੌਰਾ। ਕੈਪਟਨ ਸਰਕਾਰ ਦਾ ਹੋਣਹਾਰ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ। 10ਵੀਂ ਅਤੇ 12ਵੀਂ ਜਮਾਤ ਵਿੱਚ 60% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 70 ਤੋਂ 100% ਤੱਕ ਮਿਲੇਗੀ ਫੀਸ ਮੁਆਫ਼ੀ। ਮੋਹਾਲੀ ਵਿੱਚ 4 ਦਹਿਸ਼ਤਗਰਦਾਂ ਨੂੰ ਕੋਰਟ ਵਿੱਚ ਕੀਤਾ ਗਿਆ ਪੇਸ਼। 5 ਦਿਨਾਂ ਦੀ ਮਿਲੀ ਪੁਲਿਸ ਰਿਮਾਂਡ। ਦਹਿਸ਼ਤਗਰਦੀ ਗਤੀਵਿਧੀਆਂ ਦੀ ਪਲੈਨਿੰਗ ਕਰਨ ਦਾ ਇਲਜ਼ਾਮ। ਖੁਫੀਆ ਏਜੰਸੀ ਵੱਲੋਂ ਅਲਰਟ ਜਾਰੀ। ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਪਾਕਿਸਤਾਨ ਕਰਵਾ ਸਕਦਾ ਦਹਿਸ਼ਤਗਰਦੀ ਹਮਲੇ। ਸੂਤਰਾਂ ਮੁਤਾਬਕ ਭਾਰਤ ਵਿੱਚ ਦਾਖਲ ਹੋ ਚੁੱਕੇ ਨੇ 4 ਦਹਿਸ਼ਤਗਰਦ। ਬਮਿਆਲ ਦੇ ਰਸਤੇ ਹਥਿਆਰ ਪਹੁੰਚਾਉਣ ਦੀ ਫਿਰਾਕ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ISI। ਪੁਲਿਸ ਨੇ ਗੁਰੂਗ੍ਰਾਮ ਗੈਂਗ ਰੇਪ ਮਾਮਲੇ ਵਿੱਚ 3 ਮੁਲਜ਼ਮਾਂ ਦੇ ਜਾਰੀ ਕੀਤੇ ਸਕੈਚ। CCTV ਫੁਟੇਜ ਨਾਲ ਵਾਰਦਾਤ ਤੋਂ ਸੁਰਾਗ ਮਿਲਣ ਦੀ ਉਮੀਦ। ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੇ ਜਾਰੀ ਕੀਤਾ ਚੇਤਾਵਨੀ ਵਾਲਾ ਵੀਡੀਓ। ਕੁੜੀਆਂ ਨੂੰ ਜੀਨ ਨਾ ਪਾਉਣ ਅਤੇ ਪਾਰਕ ਵਿੱਚ ਨਾ ਘੁੰਮਣ ਦੀ ਦਿੱਤੀ ਧਮਕੀ। ਫਤਵਾ ਨਾ ਮੰਨਣ ਅਤੇ ਤੇਜ਼ਾਬ ਸੁੱਟਣ ਅਤੇ ਹੱਥ ਕੱਟਣ ਦੀ ਚੇਤਾਵਨੀ। RBI ਅੱਜ ਕਰੇਗਾ ਕ੍ਰੈਡਿਟ ਪਾਲਿਸੀ ਦੀ ਸਮੀਖਿਆ। ਵਿਆਜ ਦਰਾਂ ਵਿੱਚ ਬਦਲਾਅ ਦੇ ਅਸਾਰ ਘੱਟ। GST ਲਾਗੂ ਹੋਣ ਤੱਕ ਵਿਆਜ ਦਰਾਂ ਵਿੱਚ ਬਦਲਾਅ ਦੇ ਪੱਖ ਵਿੱਚ ਨਹੀਂ ਹੈ RBI। ਖਜ਼ਾਨਾ ਮੰਤਰੀ ਅਰੁਣ ਜੇਟਲੀ ਵਿਆਜ ਦਰਾਂ ਵਿੱਚ ਕਟੌਤੀ ਦੀ ਕਰ ਚੁੱਕੇ ਨੇ ਪੈਰਵਾਈ। ਪੰਜਾਬ, ਹਰਿਆਣਾ, ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਹੋਈ ਬਾਰਿਸ਼। ਮੀਂਹ ਨਾਲ ਤਪਦੀ ਗਰਮੀ ਤੋਂ ਮਿਲੀ ਰਾਹਤ। ਲੋਕਾਂ ਨੇ ਲਿਆ ਸੁੱਖ ਦਾ ਸਾਹ।